ਕੀਤਾ ਹੈ, ਇਹ ਤਾਂ ਹੁਣ ਤੁਸੀਂ ਆਪ ਹੀ ਬਾਕੀ ਵੇਖ ਲਓ। ਤੁਸੀਂ ਗੱਲ ਹੋਰ ਹੈ ਵੀ ਤੁਸੀਂ ਜਿਹੜਾ ਪਹਿਲਾਂ ਤੁਸੀਂ ਇੱਕ ਜਿਹਨੇ ਬਿਹਾਫ 'ਤੇ ਪਰਚਾ ਹੋਇਆ, ਜਿਹੜਾ ਇੱਕ ਐਪਲੀਕੇਸ਼ਨ ਦਿੱਤੀ ਸੀ, ਉਹਦੇ ਵਿੱਚ ਕਿਤੇ ਵੀ ਤੁਸੀਂ ਕਿਸੇ ਵਿਧਾਇਕ ਦਾ ਜਾਂ ਕਿਸੇ ਕੈਬਨਿਟ ਮੰਤਰੀ ਦਾ ਨਾਂ ਨਹੀਂ ਦਿੱਤਾ ਸੀ। ਉਸ ਤੋਂ ਬਾਅਦ ਇੱਕ ਦੁਆਰੋ ਦਰਖਾਸਤ ਤੁਸੀਂ ਦਿੰਦੇ ਹੋ ਜਿਸ ਵਿੱਚ ਦੱਸ ਦਿਓ ਕਿ ਸਾਡੀ ਜਾਨ ਨੂੰ ਖਤਰਾ, ਤੀਜੀ ਦਰਖਾਸਤ ਹੁਣ ਫਿਰ ਦਿੰਦੇ ਹੋ ਜਿਹਦੇ 'ਚ ਤੁਸੀਂ ਉਹਦੇ ਵਿਧਾਇਕ ਦਾ ਅਤੇ ਕੈਬਨਿਟ ਮੰਤਰੀ ਵਾਰ ਵਾਰ ਤੁਸੀਂ ਆਪਦੇ ਇੱਕ ਸਟੈਂਡ 'ਤੇ ਕਿਉਂ ਨਹੀਂ ਕਾਇਮ ਰਹਿੰਦੇ? ਜਦੋਂ ਸਾਨੂੰ ਸੀਐਮ ਨੇ ਮਿਲਿਆ, ਸੀਐਮ ਨੇ ਸਾਨੂੰ ਇਹੀ ਭਰੋਸਾ ਦਿੱਤਾ ਸੀਗਾ ਵੀ ਜਿਹੜੇ ਇਹ ਦੋਨੇ ਵਿਧਾਇਕ ਹੈ ਇਹਨਾਂ 'ਤੇ ਬਣਦੀ ਕਾਰਵਾਈ ਕੀਤੀ ਜਾਊਗੀ। ਅਤੇ ਜਦੋਂ ਅਸੀਂ ਦਰਖਾਸਤ 'ਤੇ ਸੋਮਵਾਰ ਨੂੰ ਦਰਖਾਸਤ ਲਈ ਆ ਬਾਜਾਖਾਨਾ ਥਾਣੇ ਦੇ ਵਿੱਚੋਂ, ਜਦੋਂ ਅਸੀਂ ਦਰਖਾਸਤ ਲੈ ਕੇ ਪੜ੍ਹਿਆ ਇਹਦਾ ਸਾਰਾ ਮਾਮਲਾ ਹੀ ਹੋਰ ਬਣਾਇਆ ਪਿਆ, ਇਹਨੂੰ ਤਾਂ ਰੰਗ ਦੀ ਇਹਨਾਂ ਨੇ ਹੋਰ ਦੇ ਦਿੱਤੀ ਹੈ ਵੀ ਇੱਕ ਹਵਾਈ ਫਾਇਰਿੰਗ ਦਾ ਮਸਲਾ ਬਣਾ ਕੇ ਅਤੇ ਇੱਕ ਨਿੱਜੀ ਲੜਾਈ ਝਗੜੇ ਦਾ ਬਣਾ ਕੇ ਇਹਨਾਂ ਨੇ ਪੇਸ਼ ਕਰਤਾ। ਅਤੇ ਇਹ ਤਾਂ ਜਾਣੀ ਕਿ ਮਾਮਲਾ ਹੀ ਸਾਰਾ ਹੋਇਆ, ਤਾਂ ਸਾਰਾ ਮਾਮਲਾ ਹੈਗਾ ਕਤਲ ਦਾ। ਇਹ ਕੱਲ੍ਹ ਅਦਾਲਤ ਦੇ ਵਿੱਚ ਵੀ ਮੈਂ ਪੇਸ਼ ਹੋਇਆ ਸੀ ਜਦੋਂ ਇਹ ਦੋ ਬੰਦੇ ਨੇ ਜਮਾਨਤ ਲਾਈ ਸੀ, ਜਗਦੀਪ ਅਤੇ ਲਵਪ੍ਰੀਤ ਨੇ। ਉੱਥੇ ਮੈਂ ਜੱਜ ਸਾਹਿਬ ਨੂੰ ਰਿਕੁਐਸਟ ਕੀਤੀ, ਮੈਂ ਕਿਹਾ ਜੀ ਇਹ ਇੱਕ ਕਤਲ ਦਾ ਮਾਮਲਾ ਹੈ, ਇਹ ਨਾ ਕਿ ਇੱਕ ਕੋਈ ਮੌਤ ਦਾ ਮਾਮਲਾ ਹੈ। ਇਹਦਾ ਹਵਾਈ ਫਾਇਰਿੰਗ ਦਾ ਪੁਲਿਸ ਨੇ ਐਵੇਂ ਐਕਟ ਦਾ ਲਾ ਕੇ ਨਾ ਅਸਲਾ ਐਕਟ ਦਾ ਲਾ ਕੇ ਇਹਨੂੰ ਮੁੱਦੇ ਨੂੰ ਭੜਕਾਇਆ ਗਿਆ। ਹਾਲਾਂਕਿ ਤੁਸੀਂ ਇਹ ਦੇਖ ਲਓ ਵੀ ਜੱਜ ਸਾਹਿਬ ਨੇ ਉਹਨੂੰ ਜਮਾਨਤ ਨਹੀਂ ਦਿੱਤੀ, ਉਹਨਾਂ ਨੂੰ ਤਰੀਕ ਅੱਗੇ ਪਾ ਦਿੱਤੀ ਹੈ 10 ਤਰੀਕ। ਇਹ ਜਾਣੀ ਕਿ ਜਿਹੜਾ ਸਾਰਾ ਕੁਛ ਹੋਇਆ ਸੀਗਾ ਇਹ ਇੱਕ ਨਾ ਰਾਂਝੇ ਦੇ ਤਹਿਤ ਚੱਲ ਰਿਹਾ, ਪਲੈਨ ਦੇ ਤਹਿਤ ਸਾਰਾ ਕੁਛ। ਮੇਰੇ ਬਾਪ ਦੀ ਮੌਤ ਹੋਈ ਹੈ, ਇਹ ਸਾਰੀ ਇੱਕ ਸਾਜ਼ਿਸ਼ ਸੀ। ਉਹਨੂੰ ਕਿਸ ਤਰ੍ਹਾਂ ਮਾਨਸਿਕ ਦਬਾਅ ਦਿੱਤਾ ਗਿਆ ਇੰਨਾ, ਠੀਕ ਹੈ, ਇਹਨਾਂ ਕਿੱਕੀ ਢਿੱਲ ਵਰਗੇ ਨੂੰ ਸਾਰਾ ਪਤਾ ਸੀ ਵੀ ਇਹ ਬੰਦੇ ਨੂੰ ਇੰਨਾ ਜ਼ਿਆਦਾ ਆਪਾਂ ਪ੍ਰੈਸ਼ਰ ਦੇ ਦਈਏ, ਇੰਨਾ ਜ਼ਿਆਦਾ ਪ੍ਰੈਸ਼ਰ ਦੇ ਦਈਏ ਕਿ ਬੰਦੇ ਦੀ ਮੌਤ ਹੋ ਜੂਗੀ। ਦੂਜੀ ਇਹ ਗੱਲ ਕਰਦੇ ਵੀ ਜਿਹੜਾ ਬਹਿਬਲ ਗੋਲੀਕਾਂਡ ਹੋਇਆ ਸੀ ਉਹਦੇ 'ਚ ਇੱਕ ਗਵਾਹੀ ਨਹੀਂ ਬਲਕਿ 23 ਗਵਾਹ ਜਿਹੜੇ ਚਸ਼ਮਦੀਦ ਗਵਾਹ ਸਾਹਮਣੇ ਆਏ ਸੀ, ਉਹਨਾਂ ਨੇ ਕੱਲ੍ਹ ਇਹ ਪ੍ਰੈਸ ਕਾਨਫਰੰਸ 'ਚ ਗੱਲ ਕਹੀ ਹੈ, ਜਿਹੜੇ 7 ਗਵਾਹ ਜਿਨ੍ਹਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ, ਕਿ ਜੇਕਰ ਕਿਸੇ ਵੀ ਇੱਕ ਗਵਾਹ ਦੀ ਗਵਾਹੀ ਤੋਂ ਮੁੱਕਰਦਾ ਜਾਂ ਅਚਨਚੇਤ ਕਿਸੇ ਕਾਰਨ ਵੀ ਕਿਸੇ ਦੀ ਮੌਤ ਹੁੰਦੀ ਤਾਂ ਗਵਾਹੀ ਉਸ ਦੀ ਗਵਾਹੀ ਨਾਲ ਜਾਂਚ 'ਤੇ ਕੋਈ ਪ੍ਰਭਾਵ ਨਹੀਂ ਪੈਂਦਾ, ਤੁਸੀਂ ਕੀ ਮੰਨਦੇ ਹੋ? ਠੀਕ ਹੈ, ਮੈਂ ਕਹਿ ਮੰਨਦਾ ਹੈ ਵੀ ਨਹੀਂ ਪ੍ਰਭਾਵ ਪੈਂਦਾ। ਵੈਸੇ ਤਾਂ ਮੇਰੇ ਡੈਡੀ ਜਿਹੜੀ ਗਵਾਹੀ ਹੋਈ ਉਹ ਕਲਮ ਬੰਦ ਹੋਈ ਹੈ, ਸਾਰੀ ਸੈੱਟ ਸਾਹਮਣੇ ਵੀ ਹੋਈ ਹੈ, ਅਤੇ ਜਸਟਿਸ ਰਜੀਤ ਸਿੰਘ, ਜਸਟਿਸ ਜੋਰਾ ਸਿੰਘ ਜਿੱਥੇ ਜਿੱਥੇ ਵੀ ਗਵਾਹੀਆਂ ਸਾਰੀਆਂ ਉਹਨਾਂ ਦੇ ਕਲਮ ਬੰਦ ਬਿਆਨ ਹੋਏ ਵੇ ਆ। ਬਾਕੀ ਜੇ ਗਵਾਹ ਸੀਗੇ ਇਹਨਾਂ ਨੂੰ ਪਹਿਲੀ ਗੱਲ ਤਾਂ ਜੱਗ ਜ਼ਾਹਿਰ ਕਰਨ ਦੀ ਕੀ ਲੋੜ ਸੀ, ਇਹ ਵੀ ਤਾਂ ਪੁੱਛਿਆ ਜਾਵੇ ਨਾ। ਇਹ ਹੁਣ ਇਹ ਸਾਰਾ ਇੱਕ ਕਿੱਕੀ ਢਿੱਲੋਂ ਦਾ ਪਲੈਨ ਸੀ ਗੱਲ ਜਿਹੜਾ ਇਹ ਕੀਤਾ ਗਿਆ ਜਮਾਂ। ਹੁਣ ਪ੍ਰੈਸ ਕਾਨਫਰੰਸ ਨੂੰ ਕੱਲ੍ਹ ਬੁਲਾਇਆ ਕਿਹਨੇ ਆ? ਇਹਨਾਂ 7 ਗਵਾਹਾਂ 'ਚ ਇੱਕ ਬੰਦੇ ਨੂੰ ਵੀ ਨਹੀਂ ਫੋਨ ਕੀਤਾ ਜੀ ਪ੍ਰੈਸ ਕਾਨਫਰੰਸ ਨੂੰ, ਇਹ ਕਿੱਕੀ ਢਿੱਲੋਂ ਦੇ PA ਨੇ ਫੋਨ ਕੀਤਾ। ਜੇ ਨਹੀਂ ਕੀਤਾ ਤੁਸੀਂ ਤਾਂ ਦੱਸੋ ਮੈਨੂੰ। ਹੁਣ ਤੁਹਾਨੂੰ ਅੱਜ ਮੈਂ ਬੁਲਾਇਆ, ਸਾਰਿਆਂ ਨੂੰ ਮੈਂ ਆਪਦੇ ਘਰ ਬੁਲਾਇਆ, ਮੈਂ ਫੋਨ ਕੀਤਾ ਕਿਸੇ ਸਿਆਸੀ ਲੀਡਰ ਨੇ, ਕਿਸੇ ਸਿੱਖ ਜਥੇਬੰਦੀ ਨੇ, ਕਿਸੇ ਵੀ ਤਰ੍ਹਾਂ ਦੇ ਕਿਸੇ ਤੁਹਾਨੂੰ ਬੰਦੇ ਨੇ ਤੀਜੇ ਬੰਦੇ ਨੇ ਫੋਨ ਲਾਇਆ ਵੀ ਮੈਂ ਪ੍ਰੈਸ ਕਾਨਫਰੰਸ ਕਰ ਰਿਹਾ ਤੁਸੀਂ ਪਹੁੰਚੋ। ਇਹ ਸਾਰੀ ਇੱਕ ਮਿਲੀ ਤਲੀ ਭੁਗਤ ਸੀ ਇਹਦੀ ਕਿੱਕੀ ਢਿੱਲੋਂ ਦੀ ਵੀ ਬਣਾ ਕੇ ਕਿਵੇਂ ਨਾ ਕਿਵੇਂ ਵੀ ਇਹ ਕੇਸ ਨੂੰ ਹੋਰ ਢੰਗ ਹੀ ਦੇ ਦਈਏ ਸੀ, ਪਰ ਉਹ 'ਚ ਕਾਮਯਾਬ ਨਾ ਹੋ ਪਾਊਗਾ। ਜਿਹੜੀ ਗੱਲ ਸੱਚਾਈ ਉਹ ਸੱਚਾਈ ਰਹੂਗੀ। ਫਿਰ ਇੱਕ ਗੱਲ ਇਹ ਵੀ ਹੈ ਵੀ ਇਹਨੂੰ ਉੱਥੇ ਫਰੀਦਕੋਟ ਲਿਆ ਕੇ ਇਹਨਾਂ ਨੂੰ ਕਾਨਫਰੰਸ ਕਰਨ ਦੀ ਕੀ ਲੋੜ ਸੀ? ਪਿੰਡ 'ਚ ਘਰ ਦੇ ਗੁਰਦੁਆਰਾ ਹੈਗਾ, ਪਿੰਡ 'ਚ ਧਰਮਸ਼ਾਲਾ ਹੈਗੀ ਹੈ, ਬਰਗਾੜੀ 'ਚ ਜਾਂਦੇ, ਉੱਥੇ ਸਰਕਾਰੀ ਕਲੱਬ ਦੇ ਵਿੱਚ ਜਾ ਕੇ ਪ੍ਰੈਸ ਕਾਨਫਰੰਸ ਕਰਨ ਦੀ ਕੀ ਲੋੜ ਸੀ? ਇਹਨਾਂ ਨੂੰ ਲੈ ਕੇ ਗਿਆ ਉਹ ਮਨਪ੍ਰੀਤ ਸੇਖੋਂ ਲੈ ਕੇ ਗਿਆ, ਸਾਰਿਆਂ ਨੂੰ ਇਕੱਠੇ ਕਰਕੇ ਜਿਹੜਾ ਜ਼ਿਲ੍ਹਾ ਪਰਿਸ਼ਦ ਮੈਂਬਰ ਬਣਿਆ ਹੋਇਆ ਵਾੜਾ ਦਰਾਕਾ ਜੋਨ ਤੋਂ, ਉੱਥੇ ਵੀ ਮੌਜੂਦ ਸੀਗਾ, ਕੈਮਰੇ ਤੋਂ ਥੋੜ੍ਹਾ ਸਾਈਡ 'ਤੇ ਸੀਗਾ, ਮੈਂ ਸਾਰਾ ਕੁਝ ਉੱਥੇ ਸੀਗਾ, ਮੈਂ ਸਾਰਾ ਕੁਝ ਦੇਖਿਆ ਉਹਦੇ ਅੱਖੀਂ, ਬਸ ਕਲੀਅਰ ਹੈ ਜੀ ਸਾਰਾ ਕੁਛ। ਹੁਣ ਕੀ ਅਸਲ ਕੀ ਮੰਗ ਹੈ ਹੁਣ ਤੁਹਾਡੀ ਵੀ, ਕੀ ਕਾਰਵਾਈ ਹੋਣੀ ਚਾਹੀਦੀ ਇਸ ਮਾਮਲੇ ਵਿੱਚ? ਸਾਡੀ ਤਾਂ ਅਸਲ ਮੰਗ ਇਹੀ ਹੈ ਜਿਹੜੀ ਅਸੀਂ ਆਹ ਹੁਣ ਦਰਖਾਸਤ ਦਿੱਤੀ ਹੈ, ਜਿੰਨੇ ਵੀ ਇਹ 'ਚ ਸਾਰੇ ਦੋਸ਼ੀ ਹੈ ਉਹਨਾਂ 'ਤੇ ਪਰਚਾ ਹੋਣਾ ਚਾਹੀਦਾ ਪ੍ਰਸ਼ਾਸਨ ਨੂੰ, ਅਤੇ ਇਹਨਾਂ ਨੂੰ ਸਾਰਿਆਂ ਨੂੰ ਪਰਚਾ ਕਰਕੇ ਇਹਨਾਂ ਨੂੰ ਜੇਲ੍ਹ ਦੇ ਵਿੱਚ ਧੱਕਣਾ ਚਾਹੀਦਾ। ਜੇ ਇੱਥੇ ਨਾ ਸਾਡੀ ਕੋਈ ਸੁਣਵਾਈ ਹੋਈ ਅਸੀਂ ਹਾਈਕੋਰਟ ਵੱਲ ਰੁੱਖ ਕਰਾਂਗੇ ਅਤੇ ਉੱਥੇ ਹਾਈਕੋਰਟ 'ਚ ਇਹਨਾਂ ਦੇ ਪਰਚੇ ਦੀ ਮੰਗ ਕਰਾਂਗੇ। ਤੁਸੀਂ ਕੈਪਟਨ ਅਮਰਿੰਦਰ ਨੂੰ ਮਿਲੇ ਸੀ, ਆਪਣੀ ਸਾਰੀ ਜਿਹੜੀ ਵਿਅਥਾ ਸੁਣਾਈ ਸੀਗੀ, ਉਹਨਾਂ ਨੇ ਨਿਰਪੱਖ ਜਾਂਚ ਦਾ ਜਿਹੜੇ ਤੁਹਾਨੂੰ ਭਰੋਸਾ ਵੀ ਦਿੱਤਾ ਸੀ, ਕੀ ਹੁਣ ਤੁਸੀਂ ਦੁਬਾਰੋਂ ਮਿਲੋਗੇ? ਕਿਉਂਕਿ ਤੁਹਾਡੇ ਮਤਲਬ ਤੁਹਾਡੇ ਕਹਿਣ ਮੁਤਾਬਕ ਤੁਹਾਡੇ ਮਤਲਬ ਦੀ ਕਾਰਵਾਈ ਨਹੀਂ ਹੋ ਰਹੀ, ਕੀ ਦੁਬਾਰੋਂ ਤੁਸੀਂ ਮੁੱਖ ਮੰਤਰੀ ਨੂੰ ਮਿਲੋਗੇ? ਹੁਣ ਮੁੱਖ ਮੰਤਰੀ ਨੂੰ ਮਿਲਣ ਦਾ ਹੁਣ ਤਾਂ ਕੋਈ ਫਾਇਦਾ ਹੈ ਨਹੀਂ ਜੀ, ਜਦੋਂ ਇੱਕ ਵਾਰੀ ਆਪਾਂ ਮਿਲ ਕੇ ਵੇਖ ਤਾਂ ਲਿਆ ਹੀ ਹੈ, ਸਾਨੂੰ ਪੂਰਾ ਭਰੋਸਾ ਦਵਾਇਆ ਗਿਆ ਜੀ ਉੱਥੋਂ ਵੀ ਜਿਹੜੇ ਜਿੰਨੇ ਵੀ ਬੰਦੇ ਦੋਸ਼ੀ ਆ ਸਾਰਿਆਂ 'ਤੇ ਬਣਦੀ ਕਾਰਵਾਈ ਕੀਤੀ ਜਾਊਗੀ। ਇੱਕ ਪੁਲਿਸ ਇਹ ਗੱਲ ਤਾਂ ਮੰਨ ਰਹੀ ਨਾ ਵੀ ਹਵਾਈ ਫਾਇਰਿੰਗ ਹੋ ਗਈ, ਪਰਚਾ ਵੀ ਦੇਤਾ, ਹੁਣ ਪਹਿਲਾਂ ਕਿਉਂ ਨਾ ਦਿੱਤਾ ਜੀ? ਇਹ ਹੁਣ ਤੁਹਾਡਾ ਅਗਲਾ ਕਦਮ, ਜੇ ਮੰਨ ਲਓ ਤੁਹਾਨੂੰ ਇਨਸਾਫ ਨਹੀਂ ਮਿਲਦਾ ਤਾਂ ਕਾਨੂੰਨ ਦਾ ਦਰਵਾਜ਼ਾ ਖੜਕਾਓਗੇ ਫਿਰ ਤੁਸੀਂ? ਇਸ ਤੋਂ ਬਾਅਦ ਅਸੀਂ ਹੁਣ ਅਸੀਂ ਹਾਈਕੋਰਟ ਹੀ ਜਾਵਾਂਗੇ ਜੀ। ਸੁਖਬੀਰ ਬਾਦਲ ਆਏ ਸੀ, ਉਹ ਸਿਆਸਤ ਕਰ ਰਹੇ ਨੇ ਇਸ ਮਸਲੇ? ਮੇਰੀ ਗੱਲ ਸੁਣ ਲਾ ਵੀਰ, ਜਦੋਂ ਸਿਆਸਤ ਹੁਣ ਹਰੇਕ ਨੇ ਕਰਨੀ ਹੈ, ਹਰ ਇੱਕ ਆਊਗਾ ਸਾਡੇ ਕੋਲ। ਸਿਆਸਤ ਕਾਂਗਰਸ ਵੀ ਕਰ ਗਈ, ਸਿਆਸਤ ਹੁਣ ਕਿੱਕੀ ਢਿੱਲੋਂ ਵੀ ਸਾਡੇ ਘਰੇ ਆਏ, ਇਹ ਵੀ ਕਰ ਗਿਆ, ਸਾਨੂੰ ਧਮਕਾਉਂਦੇ ਆ ਵੀ ਤੁਸੀਂ ਬਹਿ ਜਾਓ ਆਰਾਮ ਨਾਲ ਚੁੱਪ ਕਰਕੇ,
ਵੀ ਤੁਸੀਂ ਕੁਛ ਬੋਲੋ ਨਾ, ਡਰਾਈ ਤਾਂ ਸਾਨੂੰ ਉਹ ਵੀ ਜਾਂਦੇ ਆ, ਕਾਲੀਆਂ ਤੋਂ ਤਾਂ ਅਸੀਂ ਡਰਦੇ ਨਹੀਂ, ਅਸੀਂ ਡਰਦੇ ਤਾਂ ਅੱਜ ਕਾਂਗਰਸ ਤੋਂ ਡਰਦੇ ਹਾਂ। ਹੁਣ ਅਸੀਂ ਐਸ ਐਸ ਪੀ ਸਾਹਿਬ ਕੋਲ ਗਏ ਸੀ ਮਿਲਣ ਲਈ, 25 ਤਰੀਕ ਨੂੰ ਸਾਨੂੰ ਉਹਨਾਂ ਨੇ ਬੁਲਾਇਆ ਢੇਸੀ ਸਾਹਿਬ ਨੇ। ਜਦੋਂ ਅਸੀਂ ਉਹਨਾਂ ਨੂੰ ਮਿਲਣ ਗਏ, ਉਹਨਾਂ ਨੇ ਸਾਨੂੰ ਪਹਿਲਾਂ ਗੱਲ ਇਹ ਪੁੱਛੀ ਵੀ ਤੁਸੀਂ ਕੰਮ ਕੀ ਕਰਦੇ ਹੋ, ਦੂਜੀ ਗੱਲ ਸਾਨੂੰ ਉਹਨਾਂ ਨੇ ਇਹ ਪੁੱਛੀ ਵੀ ਤੁਹਾਡੇ ਸਿਰ ਕਰਜ਼ਾ ਕਿੰਨਾ ਹੈ। ਨਾ ਤਾਂ ਸਾਥ ਉਹਨਾਂ ਨੇ ਕੋਈ ਸਾਡੇ ਮੁਕੱਦਮੇ ਦੇ ਸਾਨੂੰ ਹਾਲਾਤਾਂ ਬਾਰੇ ਜਾਣੂ ਕਰਿਆ, ਨਾ ਸਾਡੇ ਹਾਲਾਤ ਜਾਣੇ ਵੀ ਤੁਹਾਡੇ 'ਤੇ ਕੀ ਅੱਜ ਕੱਲ੍ਹ ਹਾਲਾਤ ਚੱਲ ਰਹੇ ਆ, ਵੀ ਤੁਹਾਡੇ 'ਤੇ ਕੀ ਹੁਣ ਡਿਪਰੈਸ਼ਨ ਆ ਜਾਂ ਤੁਹਾਡੇ 'ਤੇ ਕੀ ਤੁਹਾਨੂੰ ਡਰ ਹੈ, ਇਹਦੇ ਬਾਰੇ ਜਮਾਂ ਨਹੀਂ ਪੁੱਛਿਆ। ਹੁਣ ਇਹ ਕਰਜ਼ੇ ਵਾਲੇ ਵੀ ਦੋ ਗੱਲਾਂ ਜੀ ਇਹ 'ਚ, ਜਾਂ ਤਾਂ ਉਹ ਸਾਡਾ ਕਰਜ਼ਾ ਭਰ ਕੇ ਸਾਨੂੰ ਚੁੱਪ ਕਰਾਉਣ ਨੂੰ ਫਿਰਦੇ ਸੀਗੇ, ਅਤੇ ਜਾਂ ਉਹਦੇ ਨੂੰ ਮੇਰੇ ਜਿਹੜੇ ਬਾਪ ਦੀ ਮੌਤ ਹੋਈ ਹੈ ਉਹਨੂੰ ਕੋਈ ਕਰਜ਼ੇ ਤੋਂ ਦੁਖੀ ਕਿਸਾਨ ਦੀ ਬਣਾਉਣ ਨੂੰ ਫਿਰਦੇ ਸੀ ਵੀ ਉਹ ਦੁਖੀ ਕਿਸਾਨ ਸੀ ਉਹ ਤੋਂ ਮੌਤ ਹੋ ਗਈ। ਪਰ ਇਹਨਾਂ ਦੋਨਾਂ ਗੱਲਾਂ 'ਚ ਕੋਈ ਰਤਾ ਭਰ ਵੀ ਸੱਚਾਈ ਹੈ ਨਹੀਂ। ਜਿਹੜੀ ਤੁਸੀਂ ਨਵੀਂ ਦਰਖਾਸਤ ਦਿੱਤੀ ਆ, ਕੀ ਉਹਦੇ 'ਤੇ ਕੋਈ ਕਾਰਵਾਈ ਹੋਈ ਹਾਲੇ ਤੱਕ? ਨਾ ਜੀ ਨਾ, ਕੋਈ ਕਾਰਵਾਈ ਨਹੀਂ ਹੋਈ ਹਜੇ ਤੱਕ। ਜਿਹੜਾ ਪੁਲਿਸ ਨੇ ਪਹਿਲਾਂ ਆਦਮ ਨੂੰ ਇੱਕ ਪਰਚਾ ਜਿਹਾ ਬਣਾ ਕੇ ਕੱਟਿਆ ਹੋਇਆ, ਹਜੇ ਤੱਕ ਉਹਦੇ 'ਚ ਕਿਸੇ ਬੰਦੇ ਦੀ ਅਰੈਸਟ ਨਹੀਂ ਹੋਈ, ਇਹ ਤਾਂ ਕੀ ਹੋਣੀ ਹੈ? ਜਿਹੜੀ 23 ਤਰੀਕ ਨੂੰ ਮੈਂ ਦੇ ਕੇ ਆਈ ਹਾਂ ਦਰਖਾਸਤ, ਪੁਲਿਸ ਨੇ ਕਿਉਂ ਕੱਟ ਵੱਢ ਕੀਤੀ ਉਹਦੀ? ਦੱਸੋ ਪੁਲਿਸ ਦੀ ਕੀ ਮਿਲੀ ਭੁਗਤਾ ਹੈ, ਉਹਨਾਂ ਨੂੰ ਕੀ ਲੋੜ ਸੀ ਕੱਟ ਵੱਢ ਕਰਨ ਦੀ? ਜਿਹੜੇ ਮੇਰੇ ਜਿਹੜੇ ਬੰਦਿਆਂ ਦੇ ਮੈਂ ਬਿਆਨ ਦਿੱਤੇ ਆ, ਮੈਂ ਹੁਣ ਵੀ ਕਹਿੰਦੀ ਹਾਂ ਕਾਂਗੜ 'ਤੇ ਕਿੱਕੀ ਢਿੱਲੋਂ, ਮੇਰਾ ਮੂਲ ਮੁੱਦਾ ਮੇਰਾ ਇਹ ਹੈ। ਕੀ ਉਹਦੇ 'ਚ ਕੱਟ ਵੱਢ ਕੀ ਮੰਨਦੇ ਹੋ? ਉਹਨਾਂ ਦੇ ਵਿੱਚ ਸਿਰਫ 3 ਬੰਦੇ ਇਹਨਾਂ ਨੇ ਲੋਕਲ ਕਿਉਂ ਪਾਏ ਵੀ ਦੱਸੋ? ਮੈਂ ਤਾਂ ਸਰਕਾਰ ਦੇ ਥੱਲੇ, ਠੀਕ ਆ ਮੈਨੂੰ ਕੈਪਟਨ ਨੇ ਤੁਰੰਤ ਕਹਿ ਕੇ ਘੱਲਿਆ ਵੀ ਬੀਬੀ ਜਲਦੀ ਤੋਂ ਜਲਦੀ ਕਾਰਵਾਈ ਹੋਊਗੀ। ਦੱਸੋ ਇਹ ਕਿਹੜੇ ਬੰਦੇ ਦੀ ਸਿਆਸਤ ਹੈ? ਕਿਉਂ ਨਹੀਂ ਸਰਕਾਰ ਫੜਦੀ ਇਹ ਬੰਦਿਆਂ ਨੂੰ ਵੀ ਇਹ ਬੰਦਿਆਂ ਨੇ ਕਿਉਂ ਮੇਰੀ ਕੱਟ ਵੱਢ ਕੇ ਕਿਉਂ 3 ਬੰਦੇ ਲੋਕਲ ਰੱਖੇ? ਕਿਉਂ ਮੈਂ ਮੁਲਾਜ਼ਮ ਵੀ ਲਿਖਾਏ ਆ, ਮੈਂ ਬਿਜਲੀ ਮਹਿਕਮਾ ਵੀ ਲਿਖਾਇਆ, ਪਹਿਲਾਂ ਮੂਲ ਮੁੱਦਾ ਮੈਂ ਕਿੱਕੀ ਦੇ ਕਾਂਗੜ ਵੀ ਲਿਖਾਏ ਆ, ਕਿਉਂ ਮੇਰੀ ਗੱਲ ਦਬਾਉਂਦੇ ਆ? ਕਿਉਂ ਨਹੀਂ ਮੇਰੇ ਸਾਹਮਣੇ ਆਉਂਦੇ, ਆਉਣ ਮੇਰੇ ਸਾਹਮਣੇ, ਕਿਉਂ ਮੇਰੇ ਤੋਂ ਚੋਰੀ ਚੋਰੀ ਕਰਦੇ ਫਿਰਦੇ ਆ? ਮੇਰੀ ਗੱਲ ਸੁਣ, ਇਹ ਹੁਣ ਮਨਜਿੰਦਰ ਬੇਟੇ ਦਾ ਹੀ ਪਾਸਪੋਰਟ ਬਣਿਆ ਜੀ, ਇਹ ਉਹਨੂੰ ਬਾਹਰ ਕੱਢਣ ਦੀ ਤਾਕ 'ਚ ਹੈ, ਹੋ ਸਕਦਾ ਉਹ ਨਿਕਲ ਵੀ ਗਿਆ ਹੋਵੇ, ਕੋਈ ਬਾਹਲੀ ਵੱਡੀ ਗੱਲ ਨਹੀਂ ਹੈ। ਅੱਜ 7 ਦਿਨ ਹੋ ਗਏ, ਇੱਕ ਪਰਚਾ ਕੱਟੇ ਨੂੰ ਬੰਦੇ ਦੀ ਅਰੈਸਟ ਹਜੇ ਤੱਕ ਇੱਕ ਨਹੀਂ ਹੋਈ, ਨਾ ਪੁਲਿਸ ਇਹਨਾਂ ਦੇ ਘਰੇ ਰੇਡ ਮਾਰਦੀ ਹੈ, ਕਿਉਂ ਨਹੀਂ ਮਾਰਦੀ? ਕਿਉਂ ਮਨਜਿੰਦਰ ਦਾ ਦਬਾਅ ਇਹਨਾਂ 'ਤੇ? ਮਨਜਿੰਦਰ ਨੇ ਇਹ ਗੱਲ ਕਹੀ ਆ ਵੀ ਜੇ ਤੁਸੀਂ ਮੈਨੂੰ ਫੜਾਓਗੇ ਅੱਜ ਪਰਚਾ ਕਟਾਉਣੇ ਮੇਰੇ 'ਤੇ, ਮੈਂ ਤੁਹਾਡੇ ਖੁਲਾਸੇ ਖੋਲੂੰਗਾ। ਅੱਜ ਇਹਨਾਂ ਦੇ ਖੁਲਾਸੇ ਖੁੱਲਦੇ ਆ, ਇਹੀ ਗੱਲ ਦਾ ਮੈਨੂੰ ਪਤਾ। ਸਰਕਾਰ ਅੱਜ ਦਬਾ ਦੇ ਗੱਲ, ਕੱਲ੍ਹ ਦਬਾ ਦੇ, ਸਰਕਾਰ ਨੇ ਦਬਾਉਣੀ ਦਬਾਉਣੀ ਆ ਗੱਲ। ਮੈਂ ਕੋਈ ਕਿਸੇ ਤੋਂ ਰਿਸ਼ਵਤ ਨਹੀਂ ਲਈ, ਕੋਈ ਕਿਸੇ ਸਰਕਾਰ ਦੇ ਥੱਲੇ ਲੱਗ ਕੇ ਨਹੀਂ ਮੈਂ ਚੱਲਣਾ। ਜੇ ਮੈਂ ਜਿਉਂ ਤਾਂ 4 ਦਿਨ ਮੈਂ ਹੈਂਕੜੀ ਨਾਲ ਜਾਊਂਗੀ, ਨਹੀਂ ਮਰਤਾ ਜਾਣਾ ਹੀ ਹੈ। ਇਹ ਤਾਂ ਬੰਦਾ ਜਿਹੜਾ ਆਇਆ ਉਹਨੇ ਜਾਣਾ ਹੀ ਹੈ ਇੱਥੋਂ। ਇੱਕ ਗੱਲ, ਜਥੇਬੰਦੀਆਂ ਜਿਹੜੀਆਂ ਤੁਹਾਡੇ ਘਰੇ ਮੀਟਿੰਗ ਹੋਈ ਸੀ ਤਾਂ ਉਸ ਤੋਂ ਬਾਅਦ 11 ਮੈਂਬਰੀ ਕਮੇਟੀ ਬਣੀ ਸੀ, ਕੱਲ੍ਹ ਉਹਨਾਂ ਨੇ ਦਾਅਵਾ ਕੀਤਾ ਕਿ 6 ਤਰੀਕ ਨੂੰ ਜਿਹੜਾ ਡੀਸੀ ਨੂੰ ਔਰ ਐਸਐਸਪੀ ਨੂੰ ਇੱਕ ਮੰਗ ਪੱਤਰ ਦੇਣਗੇ, ਤੁਸੀਂ ਉਹਨਾਂ ਦੇ ਨਾਲ ਜਾਓਗੇ? ਹਾਂ ਜਾਵਾਂਗੇ ਉਹਨਾਂ ਨਾਲ। ਪਹਿਲਾਂ ਉਹਨਾਂ ਨੂੰ ਅਸੀਂ ਕੋਈ ਅਸੀਂ ਕਿਹਾ ਨਹੀਂ, ਅਸੀਂ ਪਹਿਲਾਂ ਸਾਡੀ ਉਮੀਦ ਸੀ ਸਰਕਾਰ 'ਤੇ ਵੀ ਸਾਡਾ ਸਰਕਾਰ ਜੋ ਕੁਛ ਕਰੂਗੀ ਸਰਕਾਰ ਕਰੂਗੀ। ਹੁਣ ਉਮੀਦ ਮੇਰੀ ਟੁੱਟ ਗਈ ਹੈ ਜਮਾਂ ਸਰਕਾਰ ਤੋਂ। ਪਹਿਲਾਂ ਮੈਂ ਵੀਡੀਓ 'ਚ ਵੀ ਬੋਲੀ ਹਾਂ ਵੀ ਸਰਕਾਰ ਮੇਰੀ ਬਾਂਹ ਫੜੂਗੀ, ਪਰ ਅੱਜ ਮੇਰੀ ਉਮੀਦ ਟੁੱਟ ਗਈ ਹੈ। ਇੱਕ ਪਾਸੇ ਕਾਤਲ ਹੋਵੇ ਬੰਦਾ, ਗੁਰੂ ਮਹਾਰਾਜ ਦਾ ਕਤਲ ਕੀਤਾ ਹੋਵੇ ਉਹਦਾ, ਪਹਿਲਾਂ ਤਾਂ ਇਹਨਾਂ ਨੇ ਵੇਖ ਗਲੀਆਂ 'ਚ ਰੋਲ ਕੇ ਮਹਾਰਾਜ ਬੇਅਬਦੀ ਕਰਕੇ, ਕੋਈ ਨਹੀਂ ਹੋਇਆ ਇੱਥੇ ਫੈਸਲਾ ਕੋਈ ਹੋਇਆ। ਦੂਜੀ ਗੱਲ, ਇਹਨਾਂ ਨੇ 2 ਸਾਲ ਹੋ ਗਏ ਜਿੱਦਣ ਦੀ ਅਸੀਂ ਗਵਾਹੀ ਦੇ ਆਏ ਹਾਂ, ਕਿਹੜੀ ਨਹੀਂ ਗੱਲ ਕੀਤੀ ਇੰਸੀਡੈਂਟ ਇਹਨਾਂ ਨੇ ਉਹ ਬੰਦੇ ਦਾ ਕੀਤਾ। ਕਿਉਂ ਜਦੋਂ ਸਾਡੀ ਕਿਤੇ ਚੜ੍ਹਦੀ ਨਹੀਂ ਸੀ ਦਰਖਾਸਤ, ਅਸੀਂ ਕਿੱਥੇ ਦਿੰਦੇ ਜਾ ਕੇ? ਪੁਲਿਸ ਸਾਡੀ ਸੁਣਦੀ ਨਹੀਂ ਸੀ। ਹੁਣ ਮੈਨੂੰ ਇੱਥੋਂ ਵਾਕਿਆ ਹੀ ਪਤਾ ਵੀ ਪੁਲਿਸ ਇਹਨਾਂ ਨਾਲ ਰਲੀ ਭੁਗਤਾ। ਕੀ ਗੱਲ ਵੀ ਦੱਸੋ, ਇੱਥੋਂ ਮੈਨੂੰ ਪਤਾ ਨਹੀਂ ਲੱਗਦਾ। ਇਹ ਮੈਨੂੰ ਮਿੱਠੀਆਂ ਗੋਲੀਆਂ ਦਿੰਦੇ ਆ ਕਦੇ ਪੁਲਿਸ ਵਾਲੇ, ਕਦੇ ਕਿਵੇਂ ਮੈਨੂੰ ਮੋੜ ਦਿੰਦੇ, ਕਦੇ ਦੇ ਦਾਂਗੇ ਬੀਬੀ ਨੂੰ ਟਕਾਰੋ। ਉਹ ਬੀਬੀ ਕਿਸੇ ਦੀ ਜੁੱਤੀ ਥੱਲੇ ਨਹੀਂ ਲੱਗ ਕੇ ਚੱਲਦੀ, ਬੀਬੀ ਜੇ ਰਹੀ ਤਾਂ ਹੈਂਕੜੀ ਨਾਲ ਹੀ ਰਹੂਗੀ ਇੱਥੇ। ਮੈਂ ਤੈਨੂੰ ਦੱਸਾਂ, ਮੈਨੂੰ ਦੱਸੋ ਕੀ ਲੋੜ ਆ? ਜਾਂ ਮੈਂ ਕੈਪਟਨ ਤੋਂ ਕੋਈ ਰੁਪਈਏ ਦੀ ਮੰਗ ਮੰਗੀ ਹੋਵੇ, ਜਾਂ ਮੈਂ ਕੋਈ ਨੌਕਰੀ ਦੀ, ਫਿਰ ਮੈਨੂੰ ਕਹਿਣ? ਜਿਨ੍ਹਾਂ ਨੇ ਕਰੋੜ ਕਰੋੜ ਰੁਪਈਆ ਲਿਆ ਉਹ ਅੱਜ ਚੱਲਣਗੇ ਸਰਕਾਰਾਂ ਦੇ ਥੱਲੇ, ਮੈਂ ਨਹੀਂ ਚੱਲਣਾ ਸਰਕਾਰ ਦੇ ਥੱਲੇ, ਮੈਂ ਕਿਉਂ ਚੱਲੂੰਗੀ? ਜਿੱਥੋਂ ਵੀ ਮੈਥੋਂ ਜ਼ੋਰ ਲੱਗਿਆ ਮੈਂ ਹਾਈਕੋਰਟ ਦਾ ਕਿਹੜਾ ਦਰਵਾਜ਼ਾ ਖੜਕਾਉਂਗੀ ਜਾ ਕੇ, ਜੇ ਮੇਰਾ ਹੋਇਆ ਠੀਕ ਹੈ, ਨਹੀਂ ਜੋ ਅੱਗੇ ਗੁਰੂ ਮਹਾਰਾਜ ਨਾਲ ਹੋ ਗਿਆ ਉਹਦੇ ਗਲੀਆਂ 'ਚ ਰੋਲੇ ਗਏ ਅੰਗ, ਅਤੇ ਸਾਡੇ ਰੋਲੇ ਜਾਣਗੇ। ਇੱਕ ਦਿਨ ਜਿੱਦਣ ਮੈਰੀ ਗੱਲ ਸੁਣ, ਅਸੀਂ ਸਾਡੇ ਘਰ ਦਾ ਕੋਈ ਜੀ ਮਰ ਗਿਆ, ਕਿੱਕੀ ਢਿੱਲੋਂ ਕਾਂਗੜ ਅਤੇ ਮੌਕੇ ਦੀ ਪੁਲਿਸ, ਇਹ ਜ਼ਿੰਮੇਦਾਰ ਆ ਸਾਡੇ। ਭਾਵੇਂ ਸਾਡੇ ਘਰੇ ਕੋਈ ਅੱਜ ਹਾਸਾ ਵਾਪਰ ਜੇ ਅਤੇ ਭਾਵੇਂ ਵਾਪਰ ਜੇ ਕੱਲ੍ਹ, ਮੈਂ ਵਾਰ ਵਾਰ ਤੁਹਾਨੂੰ ਕਹਿੰਦੀ ਵੀ ਇਹ ਬੰਦੇ ਜ਼ਿੰਮੇਦਾਰ ਆ ਸਾਡੇ ਘਰ ਦੇ। ਜੋ ਹੀ ਮਰਜ਼ੀ ਮੇਰਾ ਕੋਈ ਮੁੱਦਾ, ਭਾਵੇਂ ਅਕਾਲੀ ਚੱਕ ਲੈਣ, ਭਾਵੇਂ ਕਾਂਗਰਸ ਚੱਕ ਲੈ, ਜਿਹੜਾ ਮਰਜ਼ੀ ਬੰਦਾ ਚੱਕੇ। ਸਾਡੀ ਜਾਨ ਨੂੰ ਖਤਰਾ ਹੈ? ਹਾਂ, ਮੈਨੂੰ ਫੁੱਲ ਖਤਰਾ ਹੈ ਬੰਦਿਆਂ ਤੋਂ ਹੀ, ਇਹਨਾਂ ਬੰਦਿਆਂ ਤੋਂ। ਕਿੱਕੀ ਕਾਂਗੜ ਨੇ ਇਹ ਬੰਦੇ ਛੱਡੇ ਆ। ਪਹਿਲਾਂ ਮੈਨੂੰ ਐਂ ਦੱਸੋ ਵੀ ਕੀ ਗੱਲ, ਪਰਚਾ ਕੱਟ ਕੇ ਮਾੜਾ ਜਿਹਾ ਕਰਕੇ ਡਰਾਮਾ, ਅੱਛਾ ਫੜਾਤਾ ਜੀ ਪਰਚਾ, ਕੱਟਤਾ ਪਰਚਾ, ਅੱਖਾਂ ਠੰਡੀਆਂ ਮੇਰੀਆਂ ਕਰਕੇ ਮੈਂ ਵਾਰ ਵਾਰ ਚੌਂਕਾਂ ਠਾਣੇ ਜਾਂਦੀ। ਦੱਸੋ ਬੁੜੀ ਦਾ ਕੰਮ ਕੀ ਹੈ ਚੌਂਕੀ ਠਾਣੇ ਜਾਣ ਦਾ? ਇੱਕ ਬੰਦਾ ਉਹ ਮੁੱਖ ਗਵਾਹ ਹੋਵੇ ਅਤੇ ਉਹਦਾ ਟੱਬਰ ਰੁਲਦਾ ਫਿਰਦਾ ਹੋਵੇ? ਸਰਕਾਰ
ਇੱਕ ਨਾ ਆਪਾਂ ਕੋਈ ਮਾੜੀ ਜੀ ਕੋਈ ਆਪਣੇ 'ਤੇ ਹੋ ਜਾਏ ਐਪਲੀਕੇਸ਼ਨ, ਪੁਲਿਸ ਆਪਣੇ ਨਾ ਘਰੋਂ ਆਪਾਂ ਨੂੰ ਨਾ ਤਾਂ ਆਪਣੇ ਲੇਡੀ ਨੂੰ ਚੱਕ ਕੇ ਲੈ ਜਾਂਦੀ ਹੈ, ਇਹ ਤਾਂ ਸ਼ਰੇਆਮ ਘਰੇ ਫਿਰਦੇ ਨੇ, ਇੱਕ ਵਾਰੀ ਨੂੰ ਪੁਲਿਸ ਰੇਡ ਮਾਰਦੀ। ਇਹ ਹੁਣ ਤੁਸੀਂ ਇਹਨੂੰ ਆਪੇ ਸਮਝ ਲਓ ਵੀ ਕਿੱਕੀ ਦਾ ਤੇ ਕਾਂਗੜ ਦਾ ਹੱਥ ਆ ਨਾ, ਫੇਰ ਹੀ ਨਹੀਂ ਨਾ ਘਰੇ ਰੇਡ ਵੱਜਦੀ। ਜਿੰਨਾ ਕਿੱਕੀ ਦਾ ਜੇ ਪੁਲਿਸ ਚਾਹੇ ਤਾਂ 10 ਮਿੰਟ ਦੇ ਇਹਨਾਂ ਨੂੰ ਅਰੈਸਟ ਕਰ ਲੂ, 10 ਮਿੰਟਾਂ ਦੇ ਵਿੱਚ ਅਰੈਸਟ ਕਰ ਲੂਗੀ।